ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਗਾਰਾ ਟੀਵੀ ਕੈਨੇਡਾ ਅਤੇ ਮੈਂ ਅੰਮ੍ਰਿਤਸਰ ਤੋਂ ਹਰਦੇਵ ਪ੍ਰਿੰਸ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਕਰਕੇ ਪੂਰਾ ਵਿਸ਼ਵ ਜਿਹੜਾ ਵਾ ਉਹ ਖਤਰੇ 'ਚ ਆ। ਅਤੇ ਪਿੱਛੇ ਜਿਹੇ ਕੱਲ੍ਹ ਪਰਸੋਂ ਦੀ ਗੱਲ ਹੈ ਕਿ ਇੱਕ SC ਜਸਵਿੰਦਰ ਸਿੰਘ ਜੋ ਕਿ ਨਗਰ ਨਿਗਮ ਦੇ ਬਹੁਤ ਵੱਡੇ ਅਫਸਰ ਸੀ, ਉੱਚ ਅਹੁਦੇ 'ਤੇ ਹੁੰਦਿਆਂ ਹੋਇਆਂ ਵੀ ਕਰੋਨਾ ਨਾਲ ਉਹਨਾਂ ਦੀ ਮੌਤ ਹੋ ਗਈ, ਅਤੇ ਜਿੱਥੇ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਲਾਸ਼ ਲਿਆਉਣ ਤੋਂ ਇਨਕਾਰ ਕਰ ਦਿੱਤਾ। ਇਹੀ ਸ਼ਖਸੀਅਤ ਜਾ ਕੇ ਉਸ ਬੰਦੇ ਨੂੰ ਮੋਢਾ ਦੇ ਕੇ ਅਤੇ ਜਾ ਕੇ ਸਾਰੀਆਂ ਅੰਤਿਮ ਰਸਮਾਂ ਕੀਤੀਆਂ। ਆਓ ਗੱਲਬਾਤ ਕਰਦੇ ਹਾਂ ਸਰਦਾਰ ਕਰਤਾਰ ਸਿੰਘ ਲਹਿਰੀ ਜੀ ਨਾਲ। ਸਤਿ ਸ਼੍ਰੀ ਅਕਾਲ ਲਹਿਰੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਰਤਾਰ ਸਿੰਘ ਜੀ, ਜਿਹੜੀ ਇਹ ਗੱਲਬਾਤ ਹੋਈ ਆ ਉਹਦੇ ਬਾਰੇ ਤੁਸੀਂ ਦੱਸੋ ਵੀ ਜਿਹੜੇ SC ਸਾਹਿਬ ਜਿਹੜੀ ਲਾਸ਼ ਲੈਣ ਤੋਂ ਇਨਕਾਰ ਕਰਦਾ ਪਰਿਵਾਰਕ ਮੈਂਬਰਾਂ ਨੇ, ਕੀ ਤੁਹਾਡੇ ਮਨ 'ਚ ਆਇਆ ਜਿਹੜਾ ਤੁਸੀਂ ਜਾ ਕੇ ਸਾਰੀਆਂ ਰਸਮਾਂ ਨਿਭਾਈਆਂ? ਰਸਮਾਂ ਨਿਭਾਉਣ ਦੀ ਤਾਂ ਇੱਕ ਤਾਂ ਅਸੀਂ ਡਿਊਟੀ ਵੀ ਕਰਨ ਡਿਆ ਅਤੇ ਇੱਕ ਸੇਵਾ ਨਿਭਾਉਣ ਡਿਆ। ਇਸ ਚੀਜ਼ ਤੋਂ ਪਿੱਛੇ ਹੋਣ ਦਾ ਕੋਈ ਮਤਲਬ ਨਹੀਂ। ਰਾਤ ਨੂੰ ਮੈਨੂੰ ਟੈਲੀਫੋਨ ਆਇਆ 10:30-11 ਵਜੇ SDM ਸਾਹਿਬ ਦਾ ਕਿ ਸਵੇਰੇ ਮਤਲਬ ਉੱਥੇ ਰਸਮਾਂ ਕਰਨੀਆਂ ਅਤੇ ਤੁਸੀਂ ਹਾਜ਼ਰ ਆਇਓ। ਪਰ ਫਿਰ ਵੀ ਆਪਾਂ ਸਵੇਰੇ 6 ਵਜੇ ਨਾ ਮੈਂ ਪਹੁੰਚ ਗਿਆ ਉੱਥੇ, ਅਤੇ ਜਾ ਕੇ ਕਬਰਸਤਾਨ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਇਹਨਾਂ ਦੇ ਪਰਿਵਾਰ ਮੈਂਬਰਾਂ ਨੂੰ 2-2.5 ਘੰਟੇ ਉਡੀਕਦੇ ਰਹੇ, 2 ਘੰਟੇ ਦੇ ਕਰੀਬ ਬੜੇ ਫੋਨ ਕੀਤੇ। SDM ਸਾਹਿਬ ਨੇ ਵੀ, ਇਹ ਤਹਿਸੀਲਦਾਰ ਨੇ ਵੀ, ਮੈਡਮ ਅਰਚਨਾ ਸੀ ਅਤੇ ਵਿਕਾਸ ਸੀ, ਰਾਜੀ SDM ਸੀ, ਬੜੇ ਫੋਨ ਕੀਤੇ। ਜਦੋਂ ਨਹੀਂ ਆਏ ਫਿਰ ਅਖੀਰੀ ਆਪਾਂ ਨੂੰ ਰਸਮਾਂ ਬਾਕੀ ਵੀ ਸਾਰੀਆਂ ਨਿਭਾਉਣੀਆਂ ਪਈਆਂ। ਅਰਦਾਸੀਆ ਸੱਦ ਕੇ ਸਾਰਾ ਕੁਝ ਕੀਤਾ ਅਤੇ ਉਹਨਾਂ ਦਾ ਸੰਸਕਾਰ ਕਰਾਇਆ, ਅਤੇ ਉਹਨਾਂ ਨੇ ਤਾਂ ਬਾਅਦ 'ਚ ਫੁੱਲ ਲੈਣ ਤੋਂ ਵੀ ਨਾਂਹ ਕਰ ਦਿੱਤਾ। ਲਹਿਰੀ ਸਾਹਿਬ, ਜਿੱਥੇ ਕਿ ਇਹਦੇ ਪਰਿਵਾਰਕ ਮੈਂਬਰਾਂ ਨੂੰ ਡਰ ਲੱਗ ਗਿਆ ਕਿ ਅਤੇ ਉੱਥੋਂ ਕਰੋਨਾ ਹੋਇਆ, ਤੁਹਾਨੂੰ ਇਸ ਚੀਜ਼ ਦਾ ਡਰ ਨਹੀਂ ਲੱਗਾ? ਕਰੋਨਾ ਮੌਤ ਤਾਂ ਰੱਬ ਦੇ ਹੱਥ 'ਚ ਆ, ਜੇ ਆਉਣੀ ਇਹਦੇ ਅੰਦਰ ਬੈਠਿਆਂ ਵੀ ਹੋਜੂ, ਗੱਬੂਆ ਖੋਲਦਿਆਂ ਬੰਦ ਕਰਦਾ ਕੋਈ ਹੱਥ ਲਾ ਜੂਗਾ ਅਤੇ ਤਦ ਵੀ ਹੋ ਜਾਣੀ। ਹੁਣ ਤੁਸੀਂ ਮੇਰੇ ਲਾਗੇ ਲੈਣ ਦੇ, ਜੇ ਤੁਹਾਨੂੰ ਹੋਇਆ ਮੈਨੂੰ ਹੋ ਜਾਣਾ, ਇਹਦੇ ਇਸ ਚੀਜ਼ ਤੋਂ ਕਿਤੇ ਨਹੀਂ ਗਾ। ਇਹ ਤਾਂ ਪਰਮਾਤਮਾ ਦੇ ਹੱਥ ਵੱਸ ਆ। ਹੁਣ ਤੁਸੀਂ ਵੀ ਤਾਂ ਤੁਰੇ ਫਿਰਨ ਡਏ ਜੋ ਨਾ, ਅਤੇ ਇਹ ਚੀਜ਼ ਦਾ ਇਹ ਨਿਡਰ ਹੋ ਕੇ ਤੁਰੋ। ਹਾਂ ਠੀਕ ਹੈ, ਆਪਣੀ ਸੇਫਟੀ ਜ਼ਰੂਰੀ ਆ, ਸੇਫਟੀ ਜ਼ਰੂਰੀ ਆ। ਉਹ ਕਿੱਟ ਵੀ ਕਾਰ ਦੇ ਵਿੱਚ ਹੀ ਪਈ ਆ, ਜਦੋਂ ਉਹ ਸੰਸਕਾਰ ਕਰੀਦਾ ਵਾ ਉਦੋਂ ਕਿੱਟ ਪਾ ਕੇ ਪੂਰੀ ਤਿਆਰ ਹੋ ਕੇ ਸੇਫਟੀ ਰੱਖ ਕੇ ਫਿਰ ਇਸ ਚੀਜ਼ ਤੋਂ ਤਾਂ ਅਹਤਿਆਤ ਵਰਤਣੀ ਪੈਂਦੀ ਆ, ਬਾਕੀ ਤਾਂ ਪਰਮਾਤਮਾ ਦੇ ਹੱਥ ਵੱਸ ਆ। ਕਰਤਾਰ ਸਿੰਘ ਜੀ, ਤੁਹਾਡੇ ਇਸ ਕੰਮ ਦੇ ਵਿੱਚ ਤੁਹਾਡੇ ਕੁਛ ਸਾਥੀ ਵਲੰਟੀਅਰਸ ਵਗੈਰਾ ਵੀ ਤੁਹਾਡੇ ਨਾਲ ਸ਼ਾਮਿਲ ਨੇ? ਨਹੀਂ, ਡਿਪਾਰਟਮੈਂਟ ਦੇ ਹੁੰਦੇ ਆ, ਕੋਈ ਨਾਲ ਮੈਡੀਕਲ ਡਿਪਾਰਟਮੈਂਟ ਤੋਂ ਜਿਹੜੇ ਲੈ ਕੇ ਆਉਂਦੇ ਨੇ, 2 ਜਣੇ ਉਹ ਹੁੰਦੇ ਆ। ਅਤੇ ਨਾਲ ਤਹਿਸੀਲਦਾਰ SDM ਵੀ ਹੁੰਦਾ, ਉਹ ਵੀ ਹਾਜ਼ਰ ਹੁੰਦੇ ਉੱਥੇ। ਅਤੇ ਇਹ ਆ ਕਿ ਮੋਢਾ ਨਿਭਾਉਣ ਦਾ ਜਿਹੜਾ ਸਾਰਾ ਕੁਝ ਆਪ ਹੀ ਕਰੀਦਾ ਵਾ, ਰਸਮਾਂ ਵਗੈਰਾ ਸਾਰੀਆਂ। ਅਤੇ ਕੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਜਿਹੜਾ ਕਿ ਇਸ ਕਰੋਨਾ ਦੀ ਮਹਾਂਮਾਰੀ ਚੱਲਦੀ ਆ? ਜਨਤਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਉੱਦਣ ਸੰਦੇਸ਼ ਦਿੱਤਾ ਸੀ ਕਿ ਖੂਨ ਚਿੱਟਾ ਹੋ ਗਿਆ। ਉਹ ਗੱਲ ਆ, ਖੂਨ ਲੋਕਾਂ ਦਾ ਚਿੱਟਾ ਹੋ ਗਿਆ ਜਿਹੜਾ ਆਪਣੇ ਮਾਂ ਪਿਓ ਦੀ
ਜਾਂ ਭੈਣ ਭਰਾ ਕੋਈ ਕਰਦੀ ਆ ਕੋਈ, ਉਹਨਾਂ ਦਾ ਸਾਰੀ ਉਮਰ ਬੰਦੇ ਨੇ ਮਿਹਨਤ ਕੀਤੀ ਹੁੰਦੀ, ਕਮਾਈ ਉਹਨਾਂ ਨੇ ਬੱਚਿਆਂ ਦੀ ਕੀਤੀ ਹੁੰਦੀ ਆ, ਅਤੇ ਉਹ ਇਨਕਾਰੀ ਹੋ ਜਾਂਦੇ ਆ। ਇਹ ਤੋਂ ਵੱਧ ਹੋਰ ਕੀ ਸੰਦੇਸ਼ ਹੋ ਸਕਦਾ ਵਾ? ਜਿਵੇਂ ਕਿ ਤੁਸੀਂ ਦੇਖਿਆ ਬਖੂਬੀ ਕਿ ਖਰਸਾ ਦਾ ਕਰਤਾਰ ਸਿੰਘ ਨੇ ਗੱਲ ਕਹੀ ਹੈ ਕਿ ਖੂਨ ਜਿਹੜਾ ਵਾ ਸਫੇਦ ਹੋ ਚੁੱਕਾ, ਵਾਕਈ ਸਫੇਦ ਹੋ ਚੁੱਕਾ ਹੈ। ਸਾਡੇ ਵੀ ਅਲਫਾਜ਼ ਨਹੀਂ ਹੈਗੇ, ਬਹੁਤ ਵਧੀਆ ਬਖੂਬੀ ਨਿਭਾਈ ਹੈ ਸੇਵਾ ਜਿਹੜੀ ਸਾਡਾ ਕਰਤਾਰ ਸਿੰਘ ਨੇ। ਭਵਿੱਖ ਵਿੱਚ ਦੇਖਣਾ ਹੈ ਕਿ ਜਿਹੜੇ ਲੋਕ ਆ ਕੀ ਜਿਹੜਾ ਵਾ ਕਰੋਨਾ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੁੰਦੇ ਆ, ਨਹੀਂ ਆਪਣੇ ਸਹਿਯੋਗੀ ਗੁਰਪ੍ਰੀਤ ਭਗਤਨਾ, ਹਰਦੇਵ ਪ੍ਰਿੰਸ, ਕੈਨੇਡਾ, ਖਾਸ ਸਪੋਰਟ।